29 ਦਾ ਘਟਨਾਕ੍ਰਮ ਸਾਡੇ ਇਸ ਮੋਰਚੇ ਨੂੰ ਖੇਡ ਦੇਣਾ ਸੀ। ਵਰਦੀ ਚ ਵੀ ਗੁੰਡੇ ਆਏ, ਮਤਲਬ ਮਨਸ਼ਾ ਸੀ ਵੀ ਅੱਜ ਖਤਮ ਕਰ ਦੇਣਾ। ਚਲੋ ਪੀਸਫੁਲੀ ਤਰੀਕੇ ਨਾਲ ਸੱਟਾਂ ਵੀ ਖਾਧੀਆਂ ਕਿਸਾਨਾਂ ਨੇ, ਮਜ਼ਦੂਰਾਂ ਨੇ, ਤੇ ਬਚਾਅ ਵੀ ਕੀਤਾ ਵਾ, ਹੱਥ ਵੀ ਨਹੀਂ ਚੱਕਿਆ, ਮੋਰਚਾ ਕਾਇਮ ਆ। ਉਦੋਂ ਬਾਅਦ ਉਹਨਾਂ ਨੂੰ ਇਹ ਮਹਿੰਗਾ ਪੈ ਗਿਆ। ਲੋਕਲ ਕੋਈ ਨਹੀਂ ਸੀ, ਲੋਕਲ ਬੰਦੇ ਸਾਡੇ ਨਾਲ ਆ। ਤੁਸੀਂ ਨੈਟ ਖੋਲ ਲੈਂਦੋ, ਤੁਹਾਨੂੰ ਦਿਖਾ ਲਾਂਗੇ ਵੀ ਲੋਕਾਂ ਨੇ ਹਸ਼ਰ ਕੀ ਕੀਤਾ ਉਹਨਾਂ ਦਾ। ਪ੍ਰਧਾਨ ਮੰਤਰੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਅਗਰ ਕਿਸਾਨ ਗੱਲ ਕਰਨੀ ਚਾਹੁੰਦੇ ਨੇ ਤਾਂ ਅਸੀਂ ਇੱਕ ਫੋਨ ਕਾਲ ਦੀ ਦੂਰੀ 'ਤੇ ਫੋਨ ਕਰ ਸਕਦੇ ਨੇ, ਕਿੱਦਾਂ ਦੇਖਦੇ ਹੋ? ਮੈਨੂੰ ਇਹਦਾ ਕੋਈ ਬਹੁਤਾ ਜੈਸਾ ਸਾਫ ਜਿਹਾ ਨਹੀਂ ਲੱਗ ਰਿਹਾ। ਕਦੀ ਸਰਕਾਰਾਂ ਨੂੰ ਸੰਘਰਸ਼ ਵਾਲੇ ਲੋਕ ਫੋਨਾਂ 'ਤੇ ਥੋੜ੍ਹੀਆਂ ਗੱਲਬਾਤ ਹੁੰਦੀ ਹੈ ਤਾਂ ਐਵੇਂ ਹੀ ਆ। ਪੰਜਾਬ 'ਚ ਕਈ ਇੱਦਾਂ ਦੀਆਂ ਮਤੇ ਪੈ ਰਹੇ ਨੇ, ਲੱਖੇ ਸਿਧਾਣੇ ਦਾ ਵਿਰੋਧ ਕੀਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ, ਪਿੰਡਾਂ ਦੇ ਵਿੱਚ ਇੱਦਾਂ ਦੇ ਮਤੇ ਪੈ ਰਹੇ ਨੇ ਬਈ ਅਸੀਂ ਲੱਖੇ ਦੇ ਨਾਲ ਹਾਂ, ਲੱਖੇ ਨੂੰ ਜਿੱਦਾਂ ਗਦਾਰ ਕਿਹਾ ਗਿਆ, ਕੁਝ ਹੋਰ ਬੋਲੇ ਗਏ। ਲੋਕ ਕਿਹਨੂੰ ਜਾਇਜ਼ ਸਮਝ ਰਹੇ, ਕਿਹਨੂੰ ਗਲਤ ਸਮਝ ਰਹੇ, ਆਪਦਾ ਦੇ ਰਹੇ ਨੇ ਉਹ ਵਿਊ, ਉਹਨਾਂ ਨੂੰ ਹੱਕ ਆ, ਠੀਕ ਆ। ਉਹ ਸਮਾਂ ਸਾਰੀਆਂ ਗੱਲਾਂ ਸਾਫ਼ ਕਰ ਦੂਗਾ। ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਰਪੰਚ ਸਿੰਘ ਪੰਧੇਰ ਨੇ ਉਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ ਪੰਧੇਰ ਸਾਹਿਬ, ਜਿਹੜਾ 29 ਦਾ ਇੱਥੇ ਘਟਨਾਕ੍ਰਮ ਹੋਇਆ ਉਸਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ 29 ਦਾ ਘਟਨਾਕ੍ਰਮ ਸਾਡੇ ਇਸ ਮੋਰਚੇ ਨੂੰ ਖੇਡ ਦੇਣਾ ਸੀਗਾ, ਜੋ 'ਚ ਤੱਥ ਪੈਦਾ ਹੋਏ, ਜਿਵੇਂ ਉਹਦੇ 'ਚ ਗੋਲੇ ਹੈਲੀਕਾਪਟਰ ਤੋਂ ਮਾਰੇ ਗਏ, ਜਿਵੇਂ ਪੈਟਰੋਲ ਬੰਬ ਮਾਰੇ ਗਏ, ਜਿਵੇਂ ਗੁੰਡੇ ਆਏ, ਜਿਵੇਂ ਵਰਦੀ 'ਚ ਵੀ ਗੁੰਡੇ ਆਏ, ਮਤਲਬ ਮਨਸ਼ਾ ਸੀ ਵੀ ਅੱਜ ਖਤਮ ਕਰ ਦੇਣਾ। ਚਲੋ ਪੀਸਫੁਲੀ ਤਰੀਕੇ ਨਾਲ ਸੱਟਾਂ ਵੀ ਖਾਧੀਆਂ ਕਿਸਾਨਾਂ ਨੇ, ਮਜ਼ਦੂਰਾਂ ਨੇ, ਅਤੇ ਬਚਾਅ ਵੀ ਕੀਤਾ ਵਾ, ਹੱਥ ਵੀ ਨਹੀਂ ਚੱਕਿਆ, ਮੋਰਚਾ ਕਾਇਮ ਆ। ਉਦੋਂ ਬਾਅਦ ਉਹਨਾਂ ਨੂੰ ਇਹ ਮਹਿੰਗਾ ਪੈ ਗਿਆ, ਪੂਰਾ ਦੇਸ਼ ਇਕਮੁੱਠ ਹੋ ਕੇ ਉਹਨਾਂ ਦੇ ਖਿਲਾਫ਼ ਖੜਾ ਹੋ ਗਿਆ, ਠੀਕ ਹੈ ਜੀ। ਅਤੇ ਤੁਸੀਂ ਦੇਖ ਰਹੇ ਹੋ, ਤੁਸੀਂ ਆਪ ਦੱਸੋ ਵੀ ਗਿਣਤੀ ਕਿੰਨੀ ਹੈ ਇੱਥੇ, ਤੁਸੀਂ ਆਪ ਰਿਪੋਰਟ ਕਰ ਰਹੇ, ਤੁਸੀਂ ਦੇਖੋ ਹੁਣ ਇੱਥੇ ਜਗ੍ਹਾ ਥੋੜ੍ਹੀ ਪੈ ਰਹੀ ਆ। ਉਹ ਲੱਖ ਅਫਵਾਹਾਂ ਫੈਲਾ ਲਈਆਂ, ਸਾਡਾ ਨੈੱਟ ਬੰਦ ਕਰਤਾ, ਲੱਖ ਰੌਲੇ ਪਵਾ ਦਿੱਤੇ, ਜਿੱਥੇ ਬੰਦੇ ਫੜੀ ਜਾਂਦੇ ਆ ਜੀ, ਧਰਨਾ ਖੇਡਤਾ ਜੀ, 500 ਬੰਦਾ ਰਹਿ ਗਿਆ। ਇਹ ਸਾਰੇ ਗਾਜ਼ੀਪੁਰ ਵਾਲਾ ਘਟਨਾਕ੍ਰਮ ਵੀ, ਜਿਵੇਂ ਟਿਕਰੀ 'ਤੇ ਕੋਈ ਸ਼ਰਾਰਤਾਂ, ਜੋ ਕੁਝ ਕੀਤਾ ਭਾਜਪਾ ਨੂੰ ਮਹਿੰਗਾ ਪੈ ਗਿਆ, ਪੂਰਾ ਦੇਸ਼ ਇਕਮੁੱਠ ਹੋ ਕੇ ਖੜਾ ਹੋ ਗਿਆ। ਉਹ ਗੁੰਡੇ ਭਾਜਪਾ ਦੇ ਸੀ, ਲੋਕਲ ਕੋਈ ਨਹੀਂ ਸੀ, ਲੋਕਲ ਬੰਦੇ ਸਾਡੇ ਨਾਲ ਆ। ਤੁਸੀਂ ਨੈੱਟ ਖੋਲ ਲੈਂਦੋ, ਤੁਹਾਨੂੰ ਦਿਖਾ ਲਾਂਗੇ ਵੀ ਲੋਕਾਂ ਨੇ ਹਸ਼ਰ ਕੀ ਕੀਤਾ ਉਹਨਾਂ ਦਾ। ਖਬਰਾਂ ਨੇ ਸਾਡੇ ਕੋਲ ਪੁਸ਼ਟੀ ਕਰ ਲਈ ਨਹੀਂ ਹੈਗੀਆਂ, ਫੋਟੋਆਂ ਵਿਖਾਵਾਂਗੇ ਵੀ ਆਹ ਕੀ ਹਸ਼ਰ ਕੀਤਾ ਉਹਨਾਂ ਦਾ। ਸੋ ਹਜੇ ਅਸੀਂ ਨਹੀਂ ਕਰਦੇ ਗੱਲ, ਜਦੋਂ ਪੁਸ਼ਟੀ ਹੋ ਜੂ ਖਬਰ ਦੀ ਤੁਹਾਨੂੰ ਦੱਸਾਂਗੇ ਵੀ ਜਿਹੜੇ ਗੁੰਡੇ ਆਏ ਸੀ ਲੋਕ ਉਹਨਾਂ ਦਾ ਕੀ ਹਸ਼ਰ ਕਰ ਰਹੇ ਆ। ਲੋਕ ਸਾਡੇ ਨਾਲ ਨੇ, ਲੋਕ ਵਧੇ ਨੇ ਅੱਗੇ ਨਾਲੋਂ, ਤੋ ਇਸ ਕਰਕੇ ਮੋਰਚਾ ਚੜ੍ਹਦੀ ਕਲਾ ਜਾਂ ਚੜ੍ਹਦੀ ਕਲਾ ਜਾਰੀ ਆ। ਪੁਲਿਸ ਪ੍ਰਸ਼ਾਸਨ ਵੱਲੋਂ ਚਾਰੋਂ ਤਰਫ ਬੈਰੀਗੇਟਿੰਗ ਕੀਤੀ ਗਈ ਆ, ਅਤੇ ਇੱਧਰ ਪੈਟਰੋਲ ਪੰਪ ਅਤੇ ਬਾਥਰੂਮ ਵਗੈਰਾ ਯੂਜ਼ ਕਰਦੇ ਸੀਗੇ, ਪਹਿਲਾਂ PC ਉੱਧਰ ਹੁੰਦੀ ਸੀਗੀ, ਕੀ ਦਿੱਕਤਾਂ ਆ ਰਹੀਆਂ ਨੇ, ਅਤੇ ਪ੍ਰਸ਼ਾਸਨ ਗੱਲ ਤੁਹਾਡੀ ਕੋਈ ਗੱਲ ਹੋਈ ਹੈ ਇਸ ਸੰਬੰਧੀ? ਅਸੀਂ ਕੱਲ੍ਹ ਜਦੋਂ ਅੱਗੇ ਆਏ ਸੀ, ਜਦੋਂ ਕਿਸੇ ਦੇ ਗੱਲ ਨੂੰ ਹੱਥ ਪਾਉਂਦਾ ਉਦੋਂ ਨਹੀਂ ਗੱਲ ਨੂੰ ਪਾਉਂਦਾ, ਅਸੀਂ ਸਾਫ਼ ਕਹਿਤਾ ਸੀ ਵੀ ਰਾਹ ਨਹੀਂ ਬੰਦ ਹੋਣਾ। ਜਿਹੜਾ ਉਹ ਬੰਦ ਕਰਦੇ ਸੀ, ਅਸੀਂ ਉੱਥੋਂ ਆਗੂ ਆ ਗਏ ਵੀ ਨੌਜਵਾਨ ਜ਼ਿਆਦਾ ਖੜ੍ਹੇ ਆ, ਅਤੇ ਬਾਅਦ 'ਚ ਕਰ ਲੈਣਾ ਕੋਈ ਗੱਲ ਨਾ ਇਹੋ ਜਿਹੀ ਹੋ ਜਾਵੇ। ਅਸੀਂ ਉਹ ਪੂਰ ਕੇ ਰਾਤ ਐਂ ਸਾਫ਼ ਕਰਤਾ, ਚਾਲੂ ਆ। ਉਹ ਵੀ ਕਹਿਤਾ, ਤੀਜਾ ਵੀ ਕਹਿਤਾ ਸਰਕਾਰ ਨੂੰ, ਇਹੀ ਹੁੰਦਾ ਪਹਿਲਾਂ ਤੁਸੀਂ ਦੱਸੋ ਉਹਨਾਂ ਨੂੰ, ਪ੍ਰਸ਼ਾਸਨ ਨੂੰ, ਵੀ ਆਹ ਕੰਮ ਨਹੀਂ ਬਰਦਾਸ਼ਤ ਕਰਾਂਗੇ ਅਸੀਂ। ਉਹਨਾਂ ਨੂੰ ਟਾਈਮ ਦਿਓ, ਟਾਈਮ ਦੇਣ ਤੋਂ ਬਾਅਦ ਫਿਰ ਉਹਨਾਂ ਨਾਲ ਗੱਲ ਕਰੋ, ਫਿਰ ਮੀਟਿੰਗ ਲਾ ਕੇ ਅਗਲਾ ਪ੍ਰੋਗਰਾਮ, ਵੀ ਇਹ ਬੈਰੀਕੇਟਿੰਗ ਨਹੀਂ ਰਹਿਣ ਦਿਆਂਗੇ ਅਸੀਂ। ਜਿੱਦਾਂ ਉੱਧਰੋਂ ਪੰਜਾਬ ਸਾਈਡ ਤੋਂ ਹੀ ਸਾਰਾ ਰਾਸ਼ਨ ਆ, ਜੋ ਪਾਣੀ ਆ, ਸਭ ਕੁਛ ਆਉਣਾ, ਲੱਗ ਨਹੀਂ ਰਿਹਾ ਇੱਕ ਤੰਗ ਪਰੇਸ਼ਾਨ ਕਰਨ ਲਈ ਵੀ ਇਹ ਹੈਰਾਨ ਪਰੇਸ਼ਾਨ ਹੋ ਕੇ ਚਲੇ ਜਾਣ, ਕਿਉਂਕਿ ਰਾਸ਼ਨ ਆ, ਜੋ ਵੀ ਸਮਾਨ ਆ, ਪਾਣੀ ਆ, ਜੋ ਵੀ ਸਮੱਗਰੀ ਆਉਣੀ ਆ, ਉੱਧਰੋਂ ਆਉਣੀ ਆ, ਚਾਰੇ ਰਸਤੇ ਬੰਦ ਕਰਨ ਦਾ ਕੀ ਕਾਰਨ ਲੱਗ ਰਿਹਾ ਤੁਹਾਨੂੰ? ਇਹ ਨਹੀਂ ਲੱਗ ਰਿਹਾ? ਇਹੀ ਲੱਗ ਰਿਹਾ, ਸਗੋਂ ਉਲਟਾ ਹੋ ਗਿਆ। ਜਿੰਨਾ ਸਥਾਨਕ ਲੋਕਾਂ ਦਾ ਸਪੋਰਟ ਮਿਲ ਗਈ ਆ, ਮੈਂ ਸਟੋਰ ਵਾਲਿਆਂ ਨੂੰ ਪੁੱਛ ਲੈਂਦਾ ਵੀ ਪਾਣੀ ਰੱਖਣ ਨੂੰ ਥਾਂ ਨਹੀਂ ਹੈਗਾ, ਆਪਾਂ ਵੀ ਪਾਣੀ ਮੰਗਾਇਆ, ਹੁਣ ਪਾਣੀ ਇੰਨਾ ਕੁ ਦੇ ਗਏ ਆ, ਆਪਾਂ ਪਾਣੀ ਬਣਤਾ ਸਾਰਿਆਂ ਨੂੰ, ਸਿੱਧਾ ਵੰਡੀ ਜਾਓ, ਤੁਸੀਂ ਜਾ ਕੇ ਪਾਣੀ ਵੇਖੋ ਟਰਾਲੀਆਂ 'ਚ। ਦੇਖੋ ਉਲਟਾ ਹੋ ਗਿਆ ਨਾ, ਜਿੰਨਾ ਨੱਪਣ ਦਾ ਯਤਨ ਕਰਦੇ, ਲੋਕਲ ਲੋਕ ਪਾਣੀ ਲੈ ਕੇ ਆਏ ਵੀ ਆਹ ਚੱਕੋ ਜੀ ਸਾਡਾ 3-wheeler ਪਾਣੀ ਦਾ, ਕੋਈ ਕਹਿੰਦਾ ਆਹ ਸਾਡਾ ਟੈਂਪੂ ਪਾਣੀ ਦਾ, ਅਸੀਂ ਟਰਾਲੀਆਂ 'ਚ ਘੱਲਦਾ ਵੀ ਲੈ ਲਓ, ਉਲਟਾ ਹੋ ਗਿਆ, ਸਗੋਂ ਲੈਣ ਦੀ ਦੇਣੀ ਪੈ ਗਈ ਆ। ਬੇਸ਼ੱਕ ਉਹ ਜੋ ਕੁਝ ਕਰ ਰਹੇ ਆ ਸਾਡੇ ਹੱਕ 'ਚ ਭੁਗਤ ਰਿਹਾ, ਸਰਕਾਰ ਦਾ ਚਿਹਰਾ ਨੰਗਾ ਹੋ ਰਿਹਾ। ਪ੍ਰਧਾਨ ਮੰਤਰੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਅਗਰ ਕਿਸਾਨ ਗੱਲ ਕਰਨੀ ਚਾਹੁੰਦੇ ਨੇ ਤਾਂ ਅਸੀਂ ਇੱਕ ਫੋਨ ਕਾਲ ਦੀ ਦੂਰੀ 'ਤੇ ਫੋਨ ਕਰ ਸਕਦੇ ਨੇ, ਕਿੱਦਾਂ ਦੇਖਦੇ ਹੋ? ਮੈਨੂੰ ਇਹਦਾ ਕੋਈ ਬਹੁਤਾ ਜੈਸਾ ਸਾਫ਼ ਜਿਹਾ ਨਹੀਂ ਲੱਗ ਰਿਹਾ। ਕਦੀ ਸਰਕਾਰਾਂ ਨੂੰ ਸੰਘਰਸ਼ ਵਾਲੇ ਲੋਕ ਫੋਨਾਂ 'ਤੇ ਥੋੜ੍ਹੀਆਂ ਗੱਲਬਾਤ ਹੁੰਦੀ ਹੈ ਤਾਂ ਐਵੇਂ ਹੀ ਆ। ਤੁਸੀਂ ਗੱਲਬਾਤ ਕਰਨੀ ਆ, ਕਰੋ, ਅਸੀਂ ਗੱਲਬਾਤ ਲਈ ਤਿਆਰ ਹਾਂ। ਪਰ ਆਹ ਗੱਲਬਾਤ 'ਚ ਸਭ ਤੋਂ ਜਿਵੇਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਵਾ, ਸਾਰੇ ਰਿਹਾ ਕਰੋ, ਜੋ ਤੁਸੀਂ ਮਾਹੌਲ ਆ ਮਾਹੌਲ ਕਰੋ, ਇਹਦੇ ਵਿੱਚ ਗੱਲਬਾਤ 'ਚ ਆ ਤੁਹਾਡਾ ਕੁਝ ਜੋ ਕੁਝ ਕਰ ਰਿਹਾ ਡਿੱਕਾ ਪਊਗਾ, ਇਹਨੂੰ ਕਰੋ ਅਤੇ ਗੱਲ ਕਰੋ, ਗੱਲ ਕਰਾਂਗੇ, ਪਰ ਆਹ ਸਭ ਤੋਂ ਪਹਿਲਾਂ ਸਾਰੇ ਕਿਸਾਨ ਰਿਹਾ ਕਰੋ ਜੀ। ਜਿੱਦਾਂ
ਪੰਜਾਬ 'ਚ ਕਈ ਇੱਦਾਂ ਦੀਆਂ ਮਤੇ ਪੈ ਰਹੇ ਨੇ, ਲੱਖੇ ਸਿਧਾਣੇ ਦਾ ਵਿਰੋਧ ਕੀਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ, ਪਿੰਡਾਂ ਦੇ ਵਿੱਚ ਇੱਦਾਂ ਦੇ ਮਤੇ ਪੈ ਰਹੇ ਨੇ ਬਈ ਅਸੀਂ ਲੱਖੇ ਦੇ ਨਾਲ ਹਾਂ, ਲੱਖੇ ਨੂੰ ਜਿੱਦਾਂ ਗਦਾਰ ਕਿਹਾ ਗਿਆ, ਕੁਝ ਹੋਰ ਬੋਲੇ ਗਏ, ਉੱਦਾਂ ਦੇ ਮਤੇ ਪੈ ਰਹੇ ਨੇ, ਉਸਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇਹ ਤਾਂ ਪੰਚਾਇਤਾਂ ਕਿਹੜੀ ਕੰਡੀਸ਼ਨ 'ਚ ਪੈ ਰਹੀਆਂ ਉਹ ਦੱਸ ਸਕਦੀਆਂ ਨੇ ਜੀ, ਠੀਕ ਹੈ? ਜੋ ਲੱਗਦਾ ਆਪਣੀ ਪ੍ਰਤੀਕਿਰਿਆ ਹਰ ਬੰਦੇ ਨੂੰ ਕਰਨ ਦਾ ਹੱਕ ਆ। ਦੂਜਾ, ਅਸੀਂ ਤਾਂ ਇੱਕ ਕਹਿੰਦੇ ਵੀ ਜਿਹੜੇ ਪੰਚਾਇਤਾਂ ਨੇ ਜਿੰਨਾ ਸਮਰਥਨ ਦਿੱਤਾ ਪੂਰੇ ਪੰਜਾਬ 'ਚ ਕਿਸਾਨ ਅੰਦੋਲਨ ਨੂੰ, ਉਹ ਬਹੁਤ ਵਧੀਆ ਵਾ। ਪਰ ਦੂਜਾ, ਜੁਰਮਾਨੇ ਵਾਲੀ ਨੀਤੀ ਨਹੀਂ ਹੁੰਦੀ ਜਥੇਬੰਦੀਆਂ ਦੀ। ਲੋਕ ਮੰਨਦੇ ਤੁਸੀਂ ਲੋਕਾਂ ਨੂੰ ਵੈਸੇ ਕਰੋ ਵੈਸੇ ਆ ਜਾਣਗੇ, ਤੋ ਠੀਕ ਹੈ। ਲੋਕਾਂ ਨੂੰ, ਲੋਕ ਕਿਹਨੂੰ ਜਾਇਜ਼ ਸਮਝ ਰਹੇ ਕਿਹਨੂੰ ਗਲਤ ਸਮਝ ਰਹੇ, ਆਪਦਾ ਦੇ ਰਹੇ ਨੇ ਉਹ ਵਿਊ, ਉਹਨਾਂ ਨੂੰ ਹੱਕ ਆ, ਠੀਕ ਆ। ਉਹ ਸਮਾਂ ਸਾਰੀਆਂ ਗੱਲਾਂ ਸਾਫ਼ ਕਰ ਦੂਗਾ। ਕਿਹਾ ਜਾ ਰਿਹਾ ਏਕਾ ਤੇ ਸਬਰ ਜਿਤਾਉਂਦਾ ਏ ਜੰਗਾਂ ਨੂੰ, ਹੁਣ ਏਕੇ ਤੇ ਸਬਰ ਨਾਲ ਚੱਲਿਆ ਜਾਊਗਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਹੋ ਕੇ ਚੱਲਣਗੀਆਂ? ਜਿੱਦਾਂ ਦੀਆਂ ਅੱਗੇ ਅਫਵਾਹਾਂ ਚੱਲੀਆਂ ਨੇ ਵੀ ਸਰਪੰਚ ਸਿੰਘ ਭੰਦੇਰ ਦਾ ਕੁਝ ਹੋਰ ਬਿਆਨ ਸੀਗਾ, ਉਹਨਾਂ ਦਾ ਕੁਝ ਹੋਰ ਸੀਗਾ ਰਿੰਗ ਰੂਟ ਨੂੰ ਲੈ ਕੇ, ਤੇ ਇਹਦੇ 'ਚ ਕੀ ਲੱਗ ਰਿਹਾ ਏ ਹੁਣ ਏਕੇ ਨਾਲ ਚੱਲਿਆ ਜਾਊਗਾ ਕਿੱਦਾਂ? ਕਹੀ ਨੂੰ ਇੱਕ ਸੀ ਇੱਕ ਹਾਂ ਤੇ ਇੱਕ ਰਹਾਂਗੇ, ਕੋਈ ਨਹੀਂ, ਲੜਾਂਗੇ ਸਰਕਾਰ ਦਾ। ਆਹ ਮੂੰਹ ਤੋੜ ਜਵਾਬ ਦਿੱਤਾ, ਸਾਰਾ ਦੇਸ਼ ਇਕੱਠਾ ਹੋ ਗਿਆ, ਅੱਗੇ ਮੂੰਹ ਤੋੜ ਜਵਾਬ ਦਵਾਂਗੇ। ਤੁਸੀਂ ਵੇਖਿਓ, ਇਹ ਵੀ ਪ੍ਰਧਾਨ ਮੰਤਰੀ ਦਾ ਬਿਆਨ ਜੇ ਆਇਆ ਜੀ, ਅਤੇ ਉਹਨਾਂ ਨੂੰ ਜਦੋਂ ਲੱਗਾ ਵੀ 29 ਤੋਂ ਬਾਅਦ ਲੋਕ ਉੱਠ ਖੜੇ ਨੇ ਜੀ, ਉਹਨਾਂ ਕੋਲ ਰਿਪੋਰਟਾਂ, ਉਹਦੇ ਨਾਲ ਦੀ ਨਾਲ ਬਿਆਨ ਆ ਗਿਆ, ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ, ਪ੍ਰੈਸ਼ਰ ਹੈ ਸਰਕਾਰ 'ਤੇ ਹੁਣ, ਜਿਸ ਹਿਸਾਬ ਨਾਲ ਲੋਕ ਆ ਰਹੇ ਨੇ। ਚੜ੍ਹਦੀ ਕਲਾ 'ਚ ਕੋਈ ਫੁੱਟ ਨਹੀਂ ਕਿ ਸਾਰੇ ਕਿਸਾਨ ਆਗੂ ਇੱਕ ਮੁੱਠ ਨੇ, ਕੋਈ ਰੌਲਾ ਨਹੀਂ ਹੈ। ਵਿਧਾਨ ਸਭਾ ਦਾ ਬਜਟ ਪੇਸ਼ ਕੀਤਾ ਜਾ ਰਿਹਾ ਸੈਸ਼ਨ ਦਾ, ਅਤੇ ਉਸਨੂੰ ਕਿਸ ਤਰ੍ਹਾਂ ਦੇਖਦੇ? ਦੇਖੋ, ਜਿਹੜੀ ਆਸ ਸੀਗੀ ਵੀ ਯਾਰ ਕਿ ਸੈਸ਼ਨ ਤਾਂ ਆ ਰਿਹਾ, ਕੋਈ ਨਵਾਂ ਨਹੀਂ ਸੱਦਣਾ ਪਿਆ, ਖੇਤੀ ਕਾਨੂੰਨਾਂ ਰਿਪੀਟ ਕਰਨ ਵਾਲੇ ਮੁੱਦੇ 'ਤੇ ਜਾਂ MSP ਵਾਲੇ ਤੋਂ ਕੁਛ ਨਹੀਂ, ਜਿਹੜੀਆਂ ਗੱਲਾਂ ਉਹ ਮੰਨ ਗਏ ਸੀ। ਪ੍ਰਦੂਸ਼ਣ ਵਾਲੀ ਗੱਲ ਤਾਂ ਹੈ ਹੀ ਸੀਗੀ, ਤੁਸੀਂ ਕੱਢ ਦਿਓ ਕਿਸਾਨ, ਕੁਛ ਤਾਂ ਲੱਗੇ ਵੀ ਤੁਸੀਂ ਕਰਤਾ ਜੀ, ਜਾਂ ਦੂਜਾ ਬਿਜਲੀ ਸੋਧ ਬਿੱਲ 'ਤੇ ਤੁਸੀਂ ਕੋਈ ਦੱਸੋ ਵੀ ਕੀ ਆ। ਪਰ ਬਜਟ ਦੇ ਵਿੱਚ ਵੀ ਸਾਡੇ ਕੋਲ ਪੱਕਾ ਥਿੱਤਾ ਨਹੀਂ ਹੈਗਾ, ਜੋ ਕੁਝ ਆ ਰਿਹਾ ਲਭਾਉਣਾ ਜਿਹਾ ਹੀ ਆ, ਬਾਕੀ ਕੱਲ੍ਹ ਬਜਟ ਆ ਲੈਣ ਦਿਓ, ਫਿਰ ਟੀਕਾ ਟੱਪਣੀ ਕਰਾਂਗੇ ਇੱਥੇ ਜੀ। ਧੰਨਵਾਦ ਜੀ। ਹਾਂਜੀ, ਇਹ ਸਨ ਸਰਬਜੀਤ ਸਿੰਘ ਭੰਦੇਰ, ਜਿਨ੍ਹਾਂ ਦਾ ਕਹਿਣਾ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਹੋ ਕੇ ਅਤੇ ਸਬਰ ਸੰਤੋਖ ਦੇ ਨਾਲ ਇਹ ਲੜਾਈ ਜਿੱਤਣਗੀਆਂ, ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ ਇੱਥੋਂ ਵਾਪਸ ਨਹੀਂ ਜਾਇਆ ਜਾਊਗਾ। ਕੈਮਰਾਮੈਨ ਬੂਟੇ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਕੁੰਡਲੀ ਬਾਰਡਰ, ਦਿੱਲੀ। ਮੇਰਾ ਨਾਮ ਨੀਲਮ ਹੈ, ਮੇਰੇ ਘਰ ਵਾਲੇ ਦਾ ਨਾਮ ਸਰਦਾਰ ਸੂਬਾ ਸਿੰਘ ਆ, ਅਸੀਂ ਪਿੰਡ ਆਲੇਵਾਲ ਦੇ ਰਹਿਣ ਵਾਲੇ ਹਾਂ, ਫਿਰੋਜ਼ਪੁਰ, ਜ਼ਿਲ੍ਹਾ ਫਿਰੋਜ਼ਪੁਰ। ਅਤੇ ਮੇਰੇ ਕੈਂਸਰ ਹੋ ਗਿਆ ਸੀ 2000 ਵਿੱਚ, ਅਤੇ ਮੈਂ PGI ਚੰਡੀਗੜ੍ਹ ਤੋਂ ਇਲਾਜ ਕਰਵਾਇਆ ਸੀ ਜੀ, ਉੱਥੇ ਓਪਰੇਸ਼ਨ ਕੀਤਾ ਉਹਨਾਂ ਨੇ ਮੇਰਾ, ਓਪਰੇਸ਼ਨ ਕਰਤਾ ਅਤੇ ਇਲਾਜ ਲਈ ਤੋਂ ਬਾਅਦ ਮੈਂ 2 ਸਾਲ ਬਾਅਦ ਫਿਰ ਕੈਂਸਰ ਫੁੱਟ ਪਿਆ। ਫਿਰ ਮੈਨੂੰ ਇਹਨਾਂ ਨੇ ਦੱਸਿਆ ਰੋਮੋਸਟੈਟਿਕ ਵਾਲਿਆਂ ਦਾ, ਫਿਰ ਮੈਂ ਇੱਥੇ ਚਲੀ ਗਈ ਅਤੇ ਇੱਥੇ ਮੈਨੂੰ ਜਾਂਦਿਆਂ ਉਹਨਾਂ ਨੇ 8 ਦਿਨ ਦੀ ਦਵਾਈ ਦਿੱਤੀ, ਅਤੇ 8 ਦਿਨ ਬਾਅਦ ਮੈਨੂੰ ਥੋੜ੍ਹਾ ਫਰਕ ਪੈਣਾ ਸ਼ੁਰੂ ਹੋ ਗਿਆ ਕਿ ਮੈਨੂੰ ਪਹਿਲਾਂ ਐਂ ਸੀਗਾ ਕਿ ਵੀ ਨਹੀਂ ਬਚਦੀ, ਫਿਰ ਮੜ ਕੇ ਜਦੋਂ ਇਹਨਾਂ ਦਵਾਈ ਦਿੱਤੀ ਤਾਂ ਉਹਦੇ ਨਾਲ ਮੈਨੂੰ ਬਹੁਤ ਫਰਕ ਪੈ ਗਿਆ। 8 ਦਿਨਾਂ 'ਚ ਥੋੜ੍ਹਾ ਜਿਹਾ ਪੈਣਾ ਫਰਕ ਹੋ ਗਿਆ, 3 ਮਹੀਨੇ ਦਾ ਇਲਾਜ ਸੀ ਇਹਨਾਂ ਦਾ ਵੀ 3 ਮਹੀਨੇ ਅਸੀਂ ਦਵਾਈ ਖਵਾਵਾਂਗੇ ਫਿਰ ਠੀਕ ਕਰਾਂਗੇ ਤੈਨੂੰ। ਉਹ 3 ਮਹੀਨਿਆਂ ਦੇ ਵਿੱਚ ਉਹ ਵੀ ਮੈਂ 8 ਦਿਨ ਘੱਟ ਹੀ ਖਾਧੀ ਦਵਾਈ ਅਤੇ ਮੈਂ ਠੀਕ ਹੋ ਗਈ ਬਿਲਕੁਲ। ਫਿਰ ਮੈਂ ਇੱਥੋਂ ਬਾਗੀ ਤੋਂ ਕਰਵਾਇਆ, CT ਸਕੈਨ ਕਰਵਾਈ, ਸਾਰੇ ਟੈਸਟ ਦੁਬਾਰਾ ਕਰਵਾਏ ਵੀ ਕੈਂਸਰ ਹੋ ਫਿਰ ਰਹਿ ਤਾਂ ਨਹੀਂ ਗਿਆ ਕਿਤੇ। ਉਹ ਕਹਿੰਦੇ ਨਹੀਂ ਜੀ, ਹੁਣ ਤੂੰ ਬਿਲਕੁਲ ਠੀਕ ਆ।